ਕੋਈ ਐਮਸੀ ਫੋਨ ਨਹੀਂ ਕਰ ਰਿਹਾ। ਸਾਡੇ ਘਰਾਂ 'ਚ ਬਿਲਕੁਲ ਦਾਲ ਆਟਾ ਜੋ ਵੀ ਸੀਗਾ ਸਭ ਖਤਮ ਹੋ ਚੁੱਕਿਆ। ਇਸ ਟਾਈਮ ਮਜਬੂਰੀ ਹੋ ਕੇ ਤਾਂ ਅਸੀਂ ਸੜਕਾਂ 'ਤੇ ਆਉਣਾ ਪਿਆ, ਸਾਨੂੰ ਮੁਹੱਲਿਆਂ 'ਚ ਨਿਕਲਣਾ ਪਿਆ। ਸਾਡੇ ਮੁਹੱਲੇ ਦੇ ਵਿੱਚ ਕੋਈ ਵੀ ਵਿਰਜੀ ਰਾਸ਼ਨ ਨਹੀਂ ਪਹੁੰਚਾਇਆ ਗਿਆ ਜੀ। ਉਰੇ ਘਰਾਂ ਦੇ ਵਿੱਚ ਰਾਸ਼ਨ ਮੁੱਕ ਚੁੱਕਿਆ ਹੁਣ ਫਿਲਹਾਲ ਜੀ। ਅਸੀਂ ਕਹਿੰਦੇ ਹਾਂ ਭਾਈ ਘਰਾਂ ਘਰਾਂ ਦੇ ਵਿੱਚ ਆ ਕੇ, ਜਿਵੇਂ ਕਹਿੰਦੇ ਨੇ ਨਾ ਜੀ ਕਿ ਰਾਸ਼ਨ ਪਹੁੰਚਾਇਆ ਗਿਆ ਹੈ, ਪਹੁੰਚਾਇਆ ਗਿਆ, ਅਸੀਂ ਕਹਿੰਦੇ ਜੇ ਪਹੁੰਚਾਉਣ ਜੀ। ਸਰਕਾਰ ਦਾ ਕੋਈ ਮੁਲਾਜ਼ਮ ਕੋਈ ਬੰਦਾ ਕੋਈ ਇੱਥੇ ਘਰਾਂ 'ਚ ਨਹੀਂ ਆਇਆ ਹੈਗਾ। ਸਾਡੇ ਵਾਰਡ ਦਾ ਨਾਂ ਲੈ ਕੇ ਦੂਈ ਜਗ੍ਹਾ ਤੋਂ ਰਾਸ਼ਨ ਲਿਆ ਕੇ ਪਤਾ ਨਹੀਂ ਕਿੱਥੋਂ ਵੰਡਿਆ ਜਾ ਰਿਹਾ, ਕਿੱਥੇ ਨਹੀਂ ਵੰਡਿਆ ਜਾ ਰਿਹਾ, ਸਾਡਾ ਮੁਹੱਲਾ ਬਦਨਾਮ ਕੀਤਾ ਜਾ ਰਿਹਾ। ਤੁਹਾਡੇ ਘਰ ਕੁਛ ਨਹੀਂ ਹੁਣ ਖਾਣ ਪੀਣ? ਨਹੀਂ, ਖਾਣ ਪੀਣ ਨੂੰ ਕੁਛ ਵੀ ਨਹੀਂ ਹੈਗਾ ਜੀ ਸਾਡਾ ਘਰ। ਭਾਵੇਂ ਤੁਸੀਂ ਚੈੱਕ ਕਰ ਸਕਦੇ ਹੋ ਜੀ, ਹਾਂਜੀ, ਭਾਵੇਂ ਤੁਸੀਂ ਆ ਕੇ ਦੇਖ ਸਕਦੇ ਹੋ ਜੀ। ਅਸੀਂ ਸਾਰੇ ਜੀ, ਕੋਈ ਰੇੜੀ ਲਾਉਂਦਾ ਜੀ, ਕੋਈ ਨਿਊਡਲ ਵਰਗ ਲਾਉਂਦਾ ਜੀ, ਕੋਈ ਮਜ਼ਦੂਰੀ ਕਰਦਾ ਜੀ, ਕੋਈ ਕਲੀ ਕੁੱਚੀ ਕਰਦਾ ਜੀ, ਕੋਈ ਆਟੋ ਚਲਾ ਰਿਹਾ ਜੀ, ਕੋਈ ਕਿਵੇਂ, ਕੋਈ ਰੋਜ਼ ਦੀ ਰੋਜ਼ ਖਾਣ ਵਾਲਾ ਬੰਦਾ ਜੀ। ਕਰਫਿਊ ਦੌਰਾਨ ਜਿੱਥੇ ਪ੍ਰਸ਼ਾਸਨ ਵੱਲੋਂ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਵੱਲੋਂ ਹਰ ਗਰੀਬ ਦੇ ਘਰ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਉੱਥੇ ਜੇਕਰ ਗੱਲ ਨਾਭਾ ਦੀ ਕੀਤੀ ਜਾਵੇ ਤਾਂ ਨਾਭਾ ਦੇ ਗੁਰੂ ਨਾਨਕਪੁਰਾ ਦੇ ਗਰੀਬ ਪਰਿਵਾਰਾਂ ਨੂੰ ਕਰਫਿਊ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਮੌਕੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਕਰਫਿਊ ਦੌਰਾਨ ਉਹਨਾਂ ਦੇ ਘਰ ਦਾ ਸਾਰਾ ਰਾਸ਼ਨ ਖਤਮ ਹੋ ਚੁੱਕਾ ਹੈ ਅਤੇ ਹੁਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਹਨਾਂ ਨੂੰ ਰਾਸ਼ਨ ਦੇਣ ਲਈ ਨਹੀਂ ਪਹੁੰਚਿਆ ਅਤੇ ਇਸੇ ਦੇ ਰੋਸ ਵਜੋਂ ਉਹਨਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਤਾਂ ਲੈਣ ਆਉਂਦੇ ਨੇ ਤਾਂ ਉਦੋਂ ਹੋਰ ਗੱਲਾਂ ਬਾਤਾਂ ਹੁੰਦੀਆਂ ਨੇ, ਜਦੋਂ ਹੁਣ ਐਮਰਜੈਂਸੀ ਹਾਲਾਤ ਨੇ ਤੁਹਾਨੂੰ ਖਾਣਾ ਨਹੀਂ ਮਿਲ ਰਿਹਾ, ਕਿੰਨੇ ਦਿਨਾਂ ਤੋਂ ਹੁਣ ਕਿਉਂ ਨਹੀਂ ਆ ਰਹੇ? ਸਾਨੂੰ ਕੋਈ ਐਮਸੀ ਫੋਨ ਨਹੀਂ ਕਰ ਰਿਹਾ, ਸਾਡੇ ਘਰਾਂ 'ਚ ਬਿਲਕੁਲ ਦਾਲ ਆਟਾ ਜੋ ਵੀ ਸੀਗਾ ਸਭ ਖਤਮ ਹੋ ਚੁੱਕਿਆ। ਇਸ ਟਾਈਮ ਮਜਬੂਰੀ ਹੋ ਕੇ ਤਾਂ ਅਸੀਂ ਸੜਕਾਂ 'ਤੇ ਆਉਣਾ ਪਿਆ, ਸਾਨੂੰ ਮੁਹੱਲਿਆਂ 'ਚ ਨਿਕਲਣਾ ਪਿਆ। ਸਾਡਾ ਐਮਸੀ ਸਾਡੀ ਕੋਈ ਜਾਤ ਨਹੀਂ ਪੁੱਛਦਾ, ਕੋਈ ਬਾਤ ਨਹੀਂ ਪੁੱਛਦਾ। ਸਰਕਾਰ ਦਾ ਕੋਈ ਵੀ ਨਹੀਂ ਆਇਆ ਹੈਗਾ ਇੱਥੇ? ਸਰਕਾਰ ਦਾ ਕੋਈ ਮੁਲਾਜ਼ਮ ਕੋਈ ਬੰਦਾ ਕੋਈ ਇੱਥੇ ਘਰਾਂ 'ਚ ਨਹੀਂ ਆਇਆ ਹੈਗਾ। ਸਾਡੇ ਵਾਰਡ ਦਾ ਨਾਂ ਲੈ ਕੇ ਦੂਈ ਜਗ੍ਹਾ ਤੋਂ ਰਾਸ਼ਨ ਲਿਆ ਕੇ ਪਤਾ ਨਹੀਂ ਕਿੱਥੋਂ ਵੰਡਿਆ ਜਾ ਰਿਹਾ, ਕਿੱਥੇ ਨਹੀਂ ਵੰਡਿਆ ਜਾ ਰਿਹਾ, ਸਾਡਾ ਮੁਹੱਲਾ ਬਦਨਾਮ ਕੀਤਾ ਜਾ ਰਿਹਾ। ਜੇ ਕਿਸੇ ਨੂੰ MLA ਨੂੰ ਗੱਲ ਕਰਦੇ ਹੋਏ ਕਹਿੰਦੇ ਵੀ ਤੁਹਾਡੇ ਨਾਂ ਤੋਂ 25 ਥੈਲੀਆਂ ਲੈ ਕੇ ਚਲੇ ਗਏ, ਸਾਨੂੰ ਇਹ ਨਹੀਂ ਪਤਾ ਵੀ ਕੌਣ ਲੈ ਕੇ ਆਉਂਦਾ ਉੱਥੋਂ। MC ਦੀ ਜ਼ਿੰਮੇਵਾਰੀ ਬਣਦੀ ਆ, ਫਿਰ ਉਹ ਹੁਣ ਕਿਉਂ ਭੱਜ ਰਹੇ ਨੇ, ਕੀ ਕਾਰਨ? MC ਆਪਣੀ ਸ਼ਕਲ ਹੀ ਨਹੀਂ ਦਿਖਾ ਰਿਹਾ, MC ਹੁਣ ਵੀ ਆਇਆ ਸੀਗਾ ਭੱਜ ਗਿਆ, ਜੇ ਅਸੀਂ ਗੱਲਾਂ ਕੀਤੀਆਂ MC ਭੱਜ ਗਿਆ, ਖੜਿਆ ਹੀ ਨਹੀਂ ਹੈਗਾ MC। ਹੁਣ ਕੀ ਮੰਗ ਕਰਦੇ ਹੋ? ਅਸੀਂ ਇਹੀ ਕਹਿ ਰਹੇ ਹਾਂ ਵੀ ਸਾਡਾ ਗਰੀਬ ਮੁਹੱਲਾ, ਸਾਡੇ ਗਰੀਬ ਮੁਹੱਲੇ ਦੀ ਸੁਣੀ ਜਾਵੇ, ਸੁਣਾਈ ਹੋਈ ਜਾਵੇ। ਹਾਂਜੀ ਬੋਲੋ ਜੀ। ਤੁਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹੋ, ਕੀ ਕਰ ਰਹੇ? ਅਸੀਂ ਇਹ ਪ੍ਰਸ਼ਾਸਨ ਪ੍ਰਦਰਸ਼ਨ ਇਸ ਲਈ ਕਰ ਰਹੇ ਹਾਂ ਜੀ, ਤਾਂ ਕਿ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋ ਸਕਣ ਜੀ, ਜਿਸ ਦੇ ਵਿੱਚ ਕਿ ਸਾਨੂੰ ਰਾਸ਼ਨ ਹਜੇ ਤੱਕ ਸਾਡੇ ਮੁਹੱਲੇ ਦੇ ਵਿੱਚ ਪਹੁੰਚਿਆ ਨਹੀਂ ਹੈਗਾ ਜੀ। ਸਾਡੇ ਮੁਹੱਲੇ ਦੇ ਵਿੱਚ ਰਾਸ਼ਨ ਪਹੁੰਚਿਆ ਨਹੀਂ, ਅਤੇ ਸਾਡੇ ਮੁਹੱਲੇ ਦੇ ਵਿੱਚ MC ਰਾਣਾ, ਮੇਨ ਰਾਣਾ MC ਆਇਆ ਸੀਗਾ ਜੀ, ਅਤੇ ਅਸੀਂ ਉਹਨਾਂ ਨੂੰ ਇੱਕ ਦੋ ਵਾਰ ਬੁਲਾਇਆ ਉਰੇ ਜੀ, ਅਤੇ ਉਹਨਾਂ ਨੇ ਸਾਡੀ ਗੱਲ ਦਾ ਅਣਗਹਿਲੀ ਕਰ ਲਈ ਜੀ, ਗੱਲ ਨੂੰ ਅਣਗਹਿਲੀ ਕਰ ਲਿਆ, ਅਣਗਹਿਲੀ। ਅੱਜ ਵੀ ਆਏ ਸਨ ਅਤੇ ਉਹ ਹੁਣ ਵੀ ਚਲੇ ਗਏ ਸੀ, ਅਤੇ ਉਹਨਾਂ ਨੇ ਕਿਹਾ ਭਾਈ ਐਂ ਕਰਕੇ ਲਿਸਟਾਂ ਤਿਆਰ ਕਰੋ ਜੀ, ਅਤੇ ਤੁਹਾਡੀ ਲਿਸਟ ਪਾਸ ਕਰਾ ਕੇ ਤੁਹਾਡੇ ਸਾਰੇ ਮੁਹੱਲੇ ਦੇ ਵਿੱਚ ਨਾ ਜੀ ਰਾਸ਼ਨ ਵੰਡਿਆ ਜਾਏਗਾ ਜੀ। ਅਤੇ ਉਹ ਅਸੀਂ 3 ਲਿਸਟਾਂ ਤਿਆਰ ਕਰੀਆਂ ਨੇ ਜੀ, 3 ਲਿਸਟਾਂ ਦੇ ਵਿੱਚੋਂ ਇੱਕ ਵੀ ਲਿਸਟ ਸਾਡੀ ਪਾਸ ਨਹੀਂ ਹੋਈ ਹੈਗੀ ਜੀ, ਅਤੇ ਉਹ ਸਾਨੂੰ ਹਰ ਵਕਤ ਕਹਿ ਦਿੰਦੇ ਨੇ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਕਿ ਤੁਹਾਡੀ ਲਿਸਟ ਵੇਟਿੰਗ 'ਚ ਹੈ ਜੀ, ਵੇਟਿੰਗ ਦੇ ਵਿੱਚ ਕਿੱਥੇ ਹੈ ਜੀ ਵੇਟਿੰਗ 'ਚ, ਇਹ ਤਾਂ ਪਤਾ ਲੱਗੇ ਜੀ। ਅਤੇ ਅਸੀਂ ਤੁਹਾਡੇ ਘਰ ਕੁਛ ਨਹੀਂ ਹੁਣ ਖਾਣ ਪੀਣ? ਨਹੀਂ, ਖਾਣ ਪੀਣ ਨੂੰ ਕੁਛ ਵੀ ਨਹੀਂ ਹੈਗਾ ਜੀ ਸਾਡਾ ਘਰ, ਭਾਵੇਂ ਤੁਸੀਂ ਚੈੱਕ ਕਰ ਸਕਦੇ ਹੋ ਜੀ, ਹਾਂਜੀ, ਭਾਵੇਂ ਤੁਸੀਂ ਆ ਕੇ ਦੇਖ ਸਕਦੇ ਹੋ ਜੀ। ਅਸੀਂ ਸਾਰੇ ਜੀ, ਕੋਈ ਰੇੜੀ ਲਾਉਂਦਾ ਜੀ, ਕੋਈ ਨਿਊਡਲ ਵਰਗ ਲਾਉਂਦਾ ਜੀ, ਕੋਈ ਮਜ਼ਦੂਰੀ ਕਰਦਾ ਜੀ, ਕੋਈ ਕਲੀ ਕੁੱਚੀ ਕਰਦਾ ਜੀ, ਕੋਈ ਆਟੋ ਚਲਾ ਰਿਹਾ ਜੀ, ਕੋਈ ਕਿਵੇਂ, ਕੋਈ ਰੋਜ਼ ਦੀ ਰੋਜ਼ ਖਾਣ ਵਾਲਾ ਬੰਦਾ ਜੀ। ਕਿੰਨੇ ਕੁ ਪਰਿਵਾਰ ਨੇ ਜਿਹੜੇ ਉਰੇ ਰਹਿੰਦੇ? ਘੱਟੋ ਘੱਟ ਜੀ 100 ਪਰਿਵਾਰ ਹੈਗਾ ਜੀ ਇੱਥੇ ਜੀ, ਘੱਟੋ ਘੱਟ 100 ਪਰਿਵਾਰ ਜੀ। ਸਰਕਾਰਾਂ ਦਾ ਦਾਅਵੇ ਕਰਦੇ ਹਾਂ ਅਸੀਂ ਘਰ ਘਰ ਰਾਸ਼ਨ ਪਹੁੰਚਾ ਰਹੇ ਹਾਂ, ਕਿਸ ਤਰ੍ਹਾਂ? ਉਰੇ ਸਾਡੇ ਮੁਹੱਲੇ ਦੇ ਵਿੱਚ ਕੋਈ ਵੀ ਵਿਰਜੀ ਰਾਸ਼ਨ ਨਹੀਂ ਪਹੁੰਚਾਇਆ ਗਿਆ ਜੀ, ਉਰੇ ਸਾਡੇ ਮੁਹੱਲੇ ਦੇ ਵਿੱਚ ਜੀ। MC ਕਹਿੰਦਾ ਜੀ ਮੈਂ ਕਿਹੜਾ ਅੱਗੇ ਤੋਂ ਖੜਨਾ ਜੀ ਵੋਟਾਂ ਦੇ? ਸਾਡੇ ਮੁਹੱਲੇ ਦੇ ਵਿੱਚ ਕੋਈ ਵੀ ਪਹੁੰਚਾਇਆ ਨਹੀਂ ਗਿਆ ਜੀ ਰਾਸ਼ਨ, ਅਸੀਂ ਕਹਿੰਦੇ ਹਾਂ ਭਾਈ ਸਾਡੇ ਗਰੀਬ ਮੁਹੱਲੇ ਦਾ ਜੀ ਸਾਰਿਆਂ ਦਾ ਫਾਇਦਾ ਹੋਵੇ ਜੀ, ਕਿ ਜੋ ਘਰਾਂ ਦੇ ਵਿੱਚ ਰਾਸ਼ਨ ਮੁੱਕ ਚੁੱਕਿਆ ਹੁਣ ਫਿਲਹਾਲ ਜੀ, ਅਸੀਂ ਕਹਿੰਦੇ ਹਾਂ ਭਾਈ ਘਰਾਂ ਘਰਾਂ ਦੇ ਵਿੱਚ ਆ ਕੇ, ਜਿਵੇਂ ਕਹਿੰਦੇ ਨੇ ਨਾ ਜੀ ਕਿ ਰਾਸ਼ਨ ਪਹੁੰਚਾਇਆ ਗਿਆ ਹੈ, ਪਹੁੰਚਾਇਆ ਗਿਆ ਹੈ, ਅਸੀਂ ਕਹਿੰਦੇ ਜੇ ਪਹੁੰਚਾਉਣ ਜੀ, ਜਾਂ ਕਿ ਇਹ ਰਾਸ਼ਨ ਨਹੀਂ ਪਹੁੰਚਿਆ ਜੀ। ਹੁਣ ਤੁਸੀਂ ਆਸ਼ਵਾਸਨ ਵੀ ਦਿੱਤਾ ਇਹਨਾਂ ਨੂੰ?
ਇੱਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਕੋਲ ਜਿਹੜਾ ਰਾਸ਼ਨ ਹੈਗਾ ਜਿਹੜਾ ਹੈਗਾ ਰਾਸ਼ਨ ਇੱਥੇ ਪਹੁੰਚਿਆ ਨਹੀਂ ਹੈਗਾ ਅਤੇ ਚਲੋ ਸਾਡੇ ਨੋਟਿਸ ਲੈਂਦਾ ਸੀ ਐਸ ਡੀ ਐਮ ਸਾਹਿਬ ਦੇ ਨੋਟਿਸ 'ਚ ਲੈ ਜਾਂਦਾ ਇਸ ਗੱਲ ਨੂੰ ਵੀ ਜਿਹੜਾ ਵਾਰਡ ਦੇ ਵਿੱਚ ਜਿਹੜਾ ਹੈਗਾ ਐਮ ਸੀ ਨਾਲ ਕੰਸਲਟ ਕਰਕੇ ਅਸੀਂ ਸਾਰਾ ਲਿਸਟ ਲੈ ਕੇ ਉਹਨੂੰ ਜਿਹੜਾ ਹੈਗਾ ਰਾਸ਼ਨ ਅਸੀਂ ਪ੍ਰੋਵਾਈਡ ਕਰਾਂਗੇ। ਕਿਹੜਾ ਵਾਰਡ ਸੀਗਾ, ਕਿਹੜੇ ਐਮ ਸੀ ਦਾ ਵਾਰਡ? ਇਹ ਰਾਣਾ ਐਮ ਸੀ ਹੈ ਜੀ, ਉਹਦਾ ਵਾਰਡ ਹੈਗਾ। ਅਸੀਂ ਉਹਦੇ ਨਾਲ ਗੱਲ ਕਰਕੇ ਐਸ ਡੀ ਐਮ ਸਾਹਿਬ ਨਾਲ ਵੀ ਹੋ ਗਈ ਗੱਲ, ਜਿਹੜਾ ਹੈਗਾ ਇਹਨਾਂ ਨੂੰ ਰਾਸ਼ਨ ਜਿਹੜਾ ਹੈਗਾ ਪ੍ਰੋਵਾਈਡ ਕਰਵਾ ਦਿੰਦੇ। ਨਾਭਾ ਤੋਂ ਸੁਖਚੈਨ ਸਿੰਘ, ਲੁਬਾਣਾ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।